ਅਸਲਾਮ ਵਾਲੇਕੁਮ ਦੋਸਤੋ ਮੈਂ ਤੁਹਾਡਾ ਵੀਰ ਸ਼ੌਕਤ ਹਿਆਤ ਮੈਂ ਤੁਹਾਨੂੰ ਜਨਾਬ ਇਸ ਵਕਤ ਵਿਖਾ ਰਿਹਾ ਹਾਂ ਤੇ ਸਾਡੇ ਇੱਕ ਦੋਸਤ ਨੇ ਤੇ ਉਹ ਤਣੀਆਂ ਵੱਢ ਰਹੇ ਨੇ ਤੇ ਪੰਡਾਂ ਦੀ ਪੰਡਾਂ ਬੰਨ ਕੇ ਨਾ ਤੇ ਬਾਹਰ ਲਿਆ ਰਹੇ ਨੇ ਆਪਣਾ ਫਸਲ ਦੇ ਵਿੱਚੋਂ ਤੇ ਜਰਾ ਕੈਮਰਾਮੈਨ ਮੇਰੇ ਦਿਖਾਵੇ ਤੇ ਇਹ ਵੇਖੋ ਨਾ ਜਰਾ ਕਿ ਦੁਨੀਆ ਤਰਸਦੀ ਹੁੰਦੀ ਸੀ ਅੱਗੇ ਕਿ ਯਾਰ ਤਣੀਆਂ ਇਹਨਾਂ ਨਾ ਮਹਿੰਗਾ ਵਿਕਦਾ ਸੀ ਇਹ ਵੇਖੋ ਜਰਾ ਕਿ ਇੱਥੇ ਇਹ ਗੱਲ ਬਣ ਕੋ ਡੰਗਰਾਂ ਨੂੰ ਪਾਉਣ ਵਾਸਤੇ ਹੁਣ ਇਸ ਟਾਈਮ ਕੋ ਬਾਜ਼ਾਰ ਦੇ ਵਿੱਚ ਕੋ ਪੁੱਛਦਾ ਕੋਈ ਨਹੀਂ ਪੈਨੋ ਬੜੇ ਦੁੱਖ ਦੀ ਗੱਲ ਹੈ ਯਾਰ ਕਿ ਇਸ ਤਰ੍ਹਾਂ ਦਾ ਕੋਈ ਵੀ ਫਸਲ ਜਿਹੜੀ ਹੁੰਦੀ ਹੈ ਤੇ ਆਹ ਵੇਖੋ ਇਹ ਪੂਰਾ ਮੱਕੀ ਦੀ ਫਸਲ ਹੈ ਇਹਦੇ ਵਿੱਚ ਉਹ ਦੇਖੋ ਨਾ ਕਿ ਪੰਡ ਚੁੱਕ ਕੇ ਲਈ ਹੁੰਦਾ ਇੱਕ ਤੇ ਇਹ ਗੱਲ ਬੰਡੰਗਰ ਨੂੰ ਪਾਣ ਵਾਸਤੇ ਇਹ ਵੜ ਰਿਹਾ ਨੇ ਲਿਆ ਰਿਹਾ ਨੇ ਸਰ ਜੀ ਦੱਸੋ ਜਰਾ ਕੀ ਬਣਿਆ ਕੀ ਮਾਜਰਾ ਹੈ ਜੀ ਇਹ ਐਵੇਂ ਜਿਵੇਂ ਉਹਨੇ ਆਖਿਆ ਸੀ ਨਾ ਉਹ ਗਿੱਦੜ ਨੇ ਸ਼ਰੀਕਾ ਮਰਵਾਇਆ ਹਾਂਜੀ ਉਹ ਗਿੱਦੜ ਦੀ ਨਾ ਪਹਿਲਾਂ ਲਤੀਫਾ ਸੁਣ ਲਓ ਵੀ ਉਹ ਗਿੱਦੜ ਸੀ ਨਾ ਇੱਕ ਭੁੱਖ ਮਾਰਦਾ ਅੱਛਾ ਜੀ ਤੇ ਸ਼ੇਰ ਨੇ ਆਖਿਆ ਮੇਰਾ ਨੌਕਰ ਐ ਪੋ ਉਤੇ ਮੈਨੂੰ ਬਾ ਕਰਨਾ ਕੀ ਹੈ ਮੇਰੀ ਲੂਈ ਫੁੱਲੀ ਦੱਸਣੀ ਹੈ ਉਹ ਗਿੱਦੜ ਰਹਿ ਪਿਓ ਉਹਦੇ ਨਾਲ ਜਦੋਂ ਸ਼ੇਰ ਦੀ ਲੂਈ ਫੁੱਲਣੀ ਗਿੱਦੜ ਦੱਸ ਦੇਣਾ ਉਹਨੇ ਕਿਸੇ ਕੱਟੇ ਵਛੇ ਨੇ ਪੰਜਾ ਮਾਰਨਾ ਉਹ ਉਹ ਸ਼ੇਰ ਤੇ ਥੋੜਾ ਜਿਹਾ ਖਾਂਦਾ ਸੀ ਦੂਜਾ ਗਿੱਦੜ ਰਜਿਆ ਸਾਲ ਪੂਰਾ ਗਿੱਦੜ ਵੱਡਾ ਸਾਰਾ ਬਣ ਗਿਆ ਤੇ ਆ ਉਹਨੇ ਆਖਿਆ ਮੈਂ ਇਸ ਬੁੱਢੇ ਫਸ ਦੀ ਜ਼ਰੂਰ ਕਰਨੀ ਏ ਇਹ ਨੌਕਰੀ ਮੈਂ ਆਪਣਾ ਸਿਸਲਾ ਉਹਨੇ ਕਿ ਇੱਕ ਹੋਰ ਬਿਮਾਰ ਗਿੱਦੜ ਨੂੰ ਨਾਲ ਲਿਆ ਆਖਿਆ ਵੀ ਮੇਰੀ ਨਾ ਤੂੰ ਨੌਕਰੀ ਜਿਹੜੀ ਇਹਨਾਂ ਕਾਰ ਤੇ ਮੇਰੇ ਜੀ ਲੂਈ ਫੁੱਲੇ ਦਸੀ ਗਿੱਦੜ ਦੀ ਲੂਈ ਕਿੱਥੇ ਫੁੱਲਣੀ ਸੀ ਅੱਖ ਕਿੱਥੇ ਗਹਿਰੀ ਹੋਣੀ ਸੀ ਉਹ ਸ਼ਾਮ ਨੂੰ ਥੱਕਿਆ ਸੀ ਕਮਿਹਾਰਾਂ ਦਾ ਖੋਤਾ ਰੂੜੀਆਂ ਦੇ ਚਿਰੰਡਿਆ ਸੀ ਉਹਨੇ ਗਿੱਦੜ ਜਿਹੜਾ ਮਾੜਾ ਸੀ ਉਹਨੇ ਵੱਡੇ ਨੂੰ ਆਖ ਦਿੱਤਾ ਤੇਰੀ ਲੂਈ ਫੁੱਲ ਗਈ ਆ ਉਹਨੇ ਜਾ ਕੇ ਖੋਤੇ ਨੂੰ ਪਿਆ ਖੋਤੇ ਨੇ ਦੁਲਤੀ ਮਾਰੀ ਪਸਲੀਆਂ ਦੋ ਦਿਨ ਟੁੱਟ ਗਈਆਂ ਤੇ ਰੂੜੀ ਤੇ ਪਿਆ ਕੇ ਮਰਦਾ ਨਹੀਂ ਸੀ ਨਾ ਸ਼ਰੀਕਾ ਮਰਵਾਇਆ ਉਸੇ ਤਰ੍ਹਾਂ ਅਸੀਂ ਮਰਦੇ ਨਹੀਂ ਸੀ ਸਾਨੂੰ ਨਾ ਕਿਸੇ ਜ਼ਿੰਮੇਵਾਰ ਬੰਦੇ ਸਾਂ ਧਣੀਆਂ ਲਾਇਆ ਇਹ ਧਣੀਆਂ ਨੇ ਦੇ ਕੰਮ ਨੇ ਉਹ ਵੇਖੋ ਗਾਚਾ ਸੀ ਸਹਲਈ ਵਾਸਤੇ ਨਵਾਂ ਹੀ ਕੰਮ ਕਰਨ ਲੱਗੇ ਉਹਦੇ ਵੀ ਧਣੀਆਂ ਲਵਾ ਤੋਨੇ ਉਹ ਜਾ ਕੇ 16000 ਰੁਪਏ ਤੇ ਮਜ਼ਦੂਰੀ ਤੇ ਤੇ ਬੀਟ ਲੱਗ ਗਿਆ ਉਹ ਜਾ ਕੇ ਇੱਕ ਦਿਨ ਸ਼ਹਿਰ ਲਗਾਏ 2600 ਘਾਟਾ ਉਸ ਦਿਨ ਪਾਇਆ ਇੱਕ ਦਿਨ ਅਮੀਪੁਰ ਲਗਾਏ ਤਾਂ ਉਸ ਦਿਨ ਬਸ ਉਹ ਅਵੇਲੇ ਹੀ ਆ ਗਏ ਇੱਕ ਘਾਟਾ ਤੇ ਕੋਈ ਨਹੀਂ ਪਿਆ ਬੜਾ ਖੇਚੀ ਵਾਲੀ ਪਈ ਏ ਉੱਥੇ ਕਿਹੜਾ ਦੁੱਧ ਸੀ ਉਸ ਤੋਂ ਬਾਅਦ ਆ ਤੁਹਾਡੇ ਸਾਹਮਣੇ ਆ ਵੇਖੋ ਇਹ ਜਾ ਕੇ ਆਪਣੀਆਂ ਮੱਝਾਂ ਨੂੰ ਕੁਦਰ ਕੇ ਕਮਾਜ ਪਾਈਦਾ ਤੇ ਅਗਾ ਜਾ ਕੇ ਸਾਡੀ ਜਿਵੇਂ ਕੰਨਾਂ ਨੂੰ ਹੱਥ ਲਾਉਣੇ ਵੀ ਧਣੀਆਂ ਅਸੀਂ ਨਹੀਂ ਲਾਉਣਾ ਤੇ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਧਣੀਆਂ ਜਾਂਦੇ ਨੇ ਹੁਣ ਸੁਣਿਆ ਕੋਈ ਮਹਿੰਗਾ ਹੋਇਆ ਉਹ ਇੱਥੋਂ ਲੈ ਜਾਣਾ ਆਣ ਕੇ ਜਿੰਨਾ ਮਰਜ਼ੀ ਨੇ ਪਕੌੜੇ ਬਣਾਉਣ ਤੇ ਆਪ ਹਾਂਡੀਆਂ ਚ ਪਾਉਣ ਤੇ ਸਾਨੂੰ ਦਵਾਵਾਂ ਦੇਣ ਅਗਲਾ ਜਾਂਦੇ ਹਰੇ ਜੰਨਤ ਤੇ ਸਾਨੂੰ ਲੱਭ ਜਾਗੀ ਪਰ ਦੁਨੀਆ ਦਾ ਤੇ ਆ ਤੁਸੀਂ ਹਾਲ ਵੇਖੀ ਖੜੇ ਜੀ ਦੋਸਤੋ ਤੁਸੀਂ ਸੁਣਿਆ ਕਿ ਇੰਨੀ ਮਿਹਨਤ ਕੀਤੀ ਗਈ ਹੈ ਇਸ ਫਸਲ ਦੇ ਉੱਤੇ ਇਹਨਾਂ ਨੇ ਸੈਲਜ ਵਾਸਤੇ ਮੱਕਈ ਆਪਣਾ ਬੀਜੀ ਸੀ ਤੇ ਨਾਲ ਹੀ ਨਾ ਇਹਦੇ ਵਿੱਚ ਧਣੀਆਂ ਬੀਜਿਆ ਸੀ ਕਿਸੇ ਦੋਸਤ ਨੇ مشورہ ਦਿੱਤਾ ਕਿ ਬਹੁਤ ਜ਼ਿਆਦਾ ਰੇਟ ਹੈ ਤੇ ਉਹ ਰੇਟ ਤੁਹਾਡੇ ਸਾਹਮਣੇ ਜੀ ਕਿ ਦੱਸ ਰਹੇ ਨੇ ਕਿ ਇੱਕ ਦਫਾ ਫੈਸਲਾਬਾਦ ਲੈ ਕੇ ਗਏ ਨੇ ਤੇ 2600 ਰੁਪਿਆ ਘਾਟਾ ਉੱਥੋਂ ਪਾ ਕੇ ਆਏ ਨੇ ਫਿਰ ਦੁਬਾਰਾ ਜਨਾਬ ਸ਼ਹਿਰ ਅਮੀਨਪੁਰ ਬੰਗਲੇ ਲੈ ਕੇ ਗਏ ਨੇ ਉੱਥੇ ਵੀ ਜਨਾਬ ਘਾਟਾ ਚੰਗਾ ਪਾ ਲਾ ਕੇ ਵਾਪਸ ਆ ਗਏ ਨੇ ਹੁਣ ਉਹ ਜਨਾਬ ਪਰੇਸ਼ਾਨ ਤੰਗ ਹੋ ਕੇ ਮਜਬੂਰ ਹੋ ਕੇ ਜਨਾਬ دل برداشتا ہو کے وا वड वड کے نا اپنا ਇਹਦੇ ਵਿੱਚੋਂ اپنا ਡੰਗਰਾਂ واسطے لیا رہے نے اپنا کمانڈ ਦੇ ਵਿੱਚ ਕੁੱਤਰ ਕੇ جناب ਨੂੰ ਪਾਣਗੇ ਇਹ ਵੇਖੋ جناب ਇਹ वड ਰਹੇ ਨੇ ਤੇ ویسے یار ہے بہت ਜ਼ਿਆਤੀ ਹੈ ਜ਼ੁਲਮ ਹੈ ਇਸ طرح ਨਹੀਂ ਹੋਣਾ ਚਾਹੀਦਾ حکومت ਨੂੰ ਵੀ ਕੋਈ ਚੀਜ਼ਾਂ ਦਾ خیال کرنا ਚਾਹੀਦਾ ਵੇ ਇਹਨਾਂ ਜ਼ਿੰਮੇਦਾਰਾਂ ਦਾ ਕੋਈ ਸਬਸਿਡੀ ਜਿਹੜੀ ਹੈ ਕੋਈ ਦੇਣੀ ਚਾਹੀਦੀ ਹੈ ਉਸ ਤਰ੍ਹਾਂ ਕਹਿੰਦੇ ਨੇ ਕਿ ਜ਼ਿੰਮੇਦਾਰ ਆਪਣਾ ਫਸਲਾ ਨਹੀਂ ਬੀਜਦੇ ਕੋਈ ਬੀਜਦੇ ਨੇ ਤੇ ਉਹਨਾਂ ਨੂੰ ਕੁਝ ਮਿਲਦਾ ਕੋਈ ਨਹੀਂ